ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਹੈ ਤੁਸੀਂ ਠੀਕ ਹੋ। ਅੱਜ ਅਸੀਂ ਪਹੁੰਚ ਗਏ ਹਾਂ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਿਟੀ ਹੈਗਾ ਆ ਲਿਲੋਇਟ। ਬਹੁਤ ਘੱਟ ਇੱਥੇ ਮੈਨੂੰ ਲੱਗਦਾ ਪੰਜਾਬੀ ਆਏ ਹੋਏ ਆ, ਪਰ ਜੇ ਕੋਈ ਆਏ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਇਹ ਜਿਹੜੀ ਸਿਟੀ ਹੈ ਛੋਟੀ ਸਿਟੀ ਹੈ, ਕੋਈ ਜ਼ਿਆਦਾ ਵੱਡੀ ਨਹੀਂ ਹੈਗੀ, ਪਿੰਡ ਵਾਂਗੂ ਹੀ ਹੈ। ਹਾਂਜੀ, ਬਟ ਇਹ ਬਿਊਟੀ ਇੰਨੀ ਜ਼ਿਆਦਾ ਕਿ ਚਾਰੇ ਆਲੇ ਦੁਆਲੇ ਦੇ ਪਹਾੜ ਹੀ ਪਹਾੜ ਆ। ਐਂਡ ਇਹ ਜਿਹੜੀ ਲਿਲੋਇਟ ਸਿਟੀ ਹੈ, ਇਹ ਮੋਸਟਲੀ ਇਹਦੇ 'ਚ ਜਿਹੜੇ 50% 50% ਜਿਹੜੇ ਇੱਥੇ ਪੀਪਲ ਸੀਗੇ ਨਾ, ਉਹ ਸੀਗੇ ਇੰਡੀਜਿਨਸ, ਜਿਨ੍ਹਾਂ ਨੂੰ ਆਪਾਂ ਫਸਟ ਨੇਸ਼ਨ ਪੀਪਲ ਕਹਿ ਦਿੰਦੇ ਹਾਂ, ਕਿ ਜਿਹੜੇ ਇੱਥੋਂ ਦੇ ਕੈਨੇਡਾ ਦੇ ਜਿਹੜੇ ਵਸਨੀਕ ਸੀਗੇ, 50% ਸੀਗੇ ਉਹਨਾਂ ਦੀ ਜਿਹੜੀ ਇੱਥੇ ਆਬਾਦੀ ਸੀਗੀ। ਸੋ ਬਹੁਤ ਹੈਰੀਟੇਜ ਅਤੇ ਬਹੁਤ ਸਾਰਾ ਕਲਚਰ ਆ ਜਿਹੜਾ ਲਿਲੋਇਟ 'ਚ ਲੁਕਿਆ ਹੋਇਆ ਆ। ਸੋ ਅਸੀਂ ਉਹ ਦੇਖਾਂਗੇ ਹੁਣ, ਨਾਲ ਨਾਲ ਤੁਹਾਨੂੰ ਵੀ ਦਿਖਾਉਣ ਦੀ ਹਰ ਚੀਜ਼ ਦੀ ਕੋਸ਼ਿਸ਼ ਕਰਾਂਗੇ, ਜਿੰਨਾ ਕੁ ਵੀ ਅਸੀਂ ਐਕਸਪਲੋਰ ਕਰ ਸਕੇ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਦੇਖ ਸਕਦੇ ਹੋ ਐਂਡ ਕੀ ਐਡਵੈਂਚਰ ਜਿਹੜਾ ਤੁਸੀਂ ਉਹ ਕਰ ਸਕਦੇ ਹੋ। ਸੋ ਲੈਟਸ ਗੋ। ਤੋ ਜੀ ਹੁਣ ਅਸੀਂ ਆ ਕੇ ਪਹੁੰਚ ਗਏ ਸੀਟਨ ਲੇਕ। ਸੈਟਨ ਲੇਕ, ਆਈ ਡੋਨਟ ਨੋ, ਬਸ ਇਹ ਹੀ ਇਦਾਂ ਹੀ ਕਹਿੰਦੇ ਆ, ਜਾਂ ਕੋਈ ਸੀਟਨ ਕਹਿ ਲੈਂਦਾ ਆ, ਕੋਈ ਸੈਟਨ ਕਹਿ ਲੈਂਦਾ ਆ ਲੇਕ, ਪਰ ਮੈਨੂੰ ਲੱਗਦਾ ਕਿ ਸੀਟਨ ਹੈ। ਹਾਂ, ਲਿਲੋਇਟ ਪਹੁੰਚ ਗਏ ਆ ਅਸੀਂ। ਰੋਡ ਆਪਣਾ ਉਹ ਉੱਤੇ ਰਹਿ ਗਿਆ ਮੇਨ, ਉੱਥੋਂ ਲੈਫਟ ਲੈ ਕੇ ਫਿਰ ਥੱਲੇ ਆਉਣਾ। ਅੰਗਦ ਸਿੰਘ ਹੁਣ ਉੱਠ ਗਿਆ। ਵਾਹ ਯਾਰ, ਇੱਥੇ ਬਣਾਇਆ ਜਿਹੜਾ ਕੈਂਪਿੰਗ ਕਰਨ ਨੂੰ। ਅੰਗਦ ਉਦੋਂ ਦਾ ਕਹਿਣ ਡਿਆ ਵਾ ਕਿ ਮੈਂ ਪਾਣੀ 'ਚ ਜਾਣਾ। ਇੱਧਰ ਸਾਹਮਣੇ ਟੇਬਲ ਲੱਗੇ ਨੇ, ਲੱਗੇ ਨੇ ਫੂਡ ਲਿਆਉਣਾ ਆਪਣਾ, ਉਹ ਇੱਥੇ ਬਣਾ ਸਕਦਾ। ਵਿਊ ਚੈੱਕ ਕਰੋ ਜੀ, ਪਾਣੀ ਪੂਰਾ ਨਾ ਨੀਲਾ, ਬਲੂ ਵਾਟਰ। ਜਿਹੜੀ ਆਹ ਬਾਉਂਡਰੀ ਬਣਾਈ ਹੈ ਨਾ ਇਹਨਾਂ ਨੇ, ਆਹ ਵਾਲੀ ਵਾਈਟ ਵਾਲੀ, ਇਹਦੇ ਅੰਦਰ ਅੰਦਰ ਸਵੀਮਿੰਗ ਕਰ ਸਕਦੇ ਹਾਂ। ਉੱਤੋਂ ਪਾਰ ਤਾਂ ਫਿਰ ਡੂੰਘਾ ਹੀ ਕੰਮ, ਰਿਸਕ ਹੈ। ਅੰਗਦ, ਅੰਗਦ ਸਿੰਘ ਕੀ ਕਰਨ ਡੇ ਜੀ? ਕੀ 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 ਸੁੱਟਦੇ? ਅੱਛਾ, ਇਹ ਕਹਿੰਦਾ ਕਿ ਇਹ ਵਾਟਰ ਸੁੱਟੋ, ਪੱਥਰ ਵਾਟਰ ਸੁੱਟੋ, ਕਿ ਮੈਂ ਪੱਥਰ ਵਾਟਰ 'ਚ ਸੁੱਟਦਾ ਵਾਂ। ਅੰਗਦ ਸਿੰਘ ਲੈਂਦਾ ਨਹੀਂ ਯਾਰ, ਮੈਂ ਤੇ ਕੱਪੜੇ ਲਾਤੇ। ਵਧੀਆ ਵਧੀਆ ਕੀਤਾ। ਮੈਂ ਕਿਹਾ ਵਿਟਾਮਿਨ ਡੀ ਦੇ, ਵਿਟਾਮਿਨ ਡੀ ਲੈਣੀ ਆ। ਚੀਚੋ ਕੱਢ ਦੋ, ਅਰਜਨ ਸਿੰਘ ਵਿਟਾਮਿਨ ਡੀ ਲੈ ਲਓ। ਕੈਮਰੇ ਵਾਲੇ ਵੇਖਦੇ ਹਨਾ, ਖਾ ਲਓ, ਖਾ ਲਓ, ਖਾ ਲਓ। ਪਾਣੀ 'ਚ ਜਾਣਾ, ਪਾਣੀ 'ਚ ਡੈਡਾ ਨਾਲ ਜਾਣਾ, ਨਹੀਂ ਲਾਉਣੇ, ਨਹੀਂ ਲੀੜੇ ਨਹੀਂ ਲਾਉਣੇ, ਪਾਣੀ ਗੰਦਾ ਜੇ ਹੈ। ਵੋਡਿਆ ਭਾਰਾ ਵਾ, ਭਾਰਾ ਵਾ, ਬਿਗ ਬਿਗ ਆ। ਜਿਹੜੀ ਜਗ੍ਹਾ ਤੇ ਹੁਣ ਅਸੀਂ ਪਹੁੰਚ ਗਏ ਆ, ਇਹਨੂੰ ਕਹਿੰਦੇ ਆ ਸੀਟਨ ਲੇਕ, ਤੇ ਇਹ ਹੈਗਾ ਲਿਲੋਇਟ 'ਚ ਹੀ ਪੈਂਦਾ ਆ। ਬਹੁਤ ਹੀ ਘੱਟ ਪੰਜਾਬੀ ਹਜੇ ਤੱਕ ਤਾਂ ਸਾਨੂੰ ਕੋਈ ਦਿਖਿਆ ਨਹੀਂ ਹੈਗਾ, ਮੈਨੂੰ ਲੱਗਦਾ ਅਸੀਂ ਹੀ ਆਏ ਆ ਪਹਿਲੇ। ਸੋ ਪਰ ਇਹ ਜਗ੍ਹਾ ਬਹੁਤ ਸੋਹਣੀ ਹੈਗੀ ਆ। ਸੋ ਜਿਹੜੇ ਵੀ ਇੱਥੇ ਆਏ ਹੋਏ ਆ, ਤੁਸੀਂ ਕਮੈਂਟ ਸੈਕਸ਼ਨ 'ਚ ਦੱਸਿਓ ਕੌਣ ਕੌਣ ਇੱਥੇ ਆਇਆ ਹੋਇਆ ਆ। ਬਹੁਤ ਹੀ ਸੋਹਣੇ ਉੱਚੇ ਪਹਾੜਾਂ ਦੇ ਵਿੱਚ ਹੈ ਲੇਕ, ਤੇ ਲੇਕ ਦਾ ਜਿਹੜਾ ਪਾਣੀ ਹੈ ਉਹ ਹੈਗਾ ਆ ਗ੍ਰੀਨ ਨਜ਼ਰ ਆ ਰਿਹਾ ਰਾਈਟ ਨਾਓ, ਬਲੂ ਹੈ। ਹਾਂ, ਬਲੂ ਗ੍ਰੀਨ। ਅੱਛਾ, ਉਹ ਹਾਂ ਮੈਂ ਲਾ ਕੇ ਦੇਖ ਰਹੀ ਹਾਂ ਤੇ ਬਲੂ ਹੈ। ਦੁੱਧ ਜਿਹੜਾ ਹੈ ਨਾ ਬਹੁਤ ਜ਼ਿਆਦਾ ਫ੍ਰੀਜ਼ਡ ਸੀਗਾ, ਕਿਉਂਕਿ ਆਪਾਂ ਇੱਥੇ ਰੱਖਿਆ ਸੀਗਾ ਆਈਸ ਬਾਕਸ ਵਿੱਚ, ਹੁਣ ਅਸੀਂ ਨਿੱਘਾ ਕਰਨ ਲੱਗੇ ਹਾਂ ਅੰਗਦ ਵਾਸਤੇ। ਪੂਰੇ ਜਿਹੜੇ ਤਾਮਝਾਮ ਆ ਨਾ ਆਪਣੇ ਨਾਲ ਲੈ ਕੇ ਚੱਲੋ।
ਤਾਂ ਕਿ ਤੁਹਾਨੂੰ ਔਖਾ ਨਾ ਹੋਏ। ਸਟਾਰਟ ਹੋ ਗਿਆ, ਸਟਾਰਟ ਹੋ ਗਿਆ। ਹਾਂ ਲਓ ਉਹ ਬੋਟਲ ਚੋਂ ਕੱਢ ਕੇ ਨਾ ਦੁੱਧ ਇਹਦੇ ਚ ਪਾ ਦਿਓ। ਕਿੰਨਾ ਗਰਮ ਹੈ? ਗਰਮ ਇਹ ਸਾਰਾ ਡਨ ਹੋ ਗਿਆ। ਬੋਤਾ ਵੀ ਨਾ ਗਰਮ ਹੋਏ? ਨਹੀਂ, ਬਿਲਕੁਲ ਕੋਸਾ ਜਿਹਾ ਆਇਆ। ਐਂਡ ਮੈਨੂੰ ਲੱਗਦਾ ਕੁਛ ਕੁ ਸੈਕਿੰਡ ਹੀ ਲੱਗੇ ਆ, ਇੰਨੀ ਜਲਦੀ ਉਹਨੇ ਗਰਮ ਕਰਤਾ। ਚਲੋ ਜੀ, ਆਲ ਗੁੱਡ, ਥੈਂਕ ਯੂ। ਹੁਣ ਨਾ ਤੁਹਾਨੂੰ ਬਾਈਕ ਵਿਖਾਉਂਦੇ ਹਾਂ, ਇੱਕ BMW। ਇੱਥੇ ਜਿੱਦਾਂ ਹੁਣ ਰੋਡ 'ਤੇ ਹੁੰਦੇ ਆ ਚੜ੍ਹਾਈਆਂ ਨੇ, ਇੱਥੇ ਪਾਵਰਫੁੱਲ ਬਾਈਕ ਹੀ ਚਾਹੀਦੀ ਹੈ। ਤਾਂ ਇੰਡੀਆ ਵਾਲੇ ਤਾਂ ਸਾਰੇ ਹੁਣ ਜਾਣਦੇ ਹੋਣ ਕਿ ਉਹਨਾਂ ਨੂੰ ਸ਼ੌਂਕ ਆ ਬਾਈਕ ਦਾ। ਹੁਣ ਤੁਹਾਨੂੰ ਬਾਈਕ ਵਿਖਾਉਂਦੇ ਹਾਂ। Hi, buddy. Yeah. What's your name? Trevor. Hi, Trevor. Hi. It's a BMW? Yeah, it's a 1200 RS. Oh. And it's two cylinders, a Bose twin. So lots of torque, about 130 horsepower. Oh, that's powerful. And yeah, I mean, top speed is higher than I've gone. It's higher than, far higher than 200. So. Oh, my God. But really powerful. It's very stable. It's got cruise control, so it's really nice on the highway. That's good. But it's nice on these roads as well. So mm-hmm. Yeah, it's a good all. I really like your bike. Yeah, thanks very much. ਆਹ ਸਿਲੰਡਰ ਸਾਹਮਣੇ ਇਹਦਾ, ਇੱਕ ਸਾਈਡ 'ਤੇ ਬਾਹਰ ਆ ਅਤੇ ਦੂਜੀ ਸਾਈਡ 'ਤੇ ਇਹ ਆ ਇੱਧਰ। ਬਾਕੀ ਯਾਰ ਕਿਸ ਮਾਸ ਬਣ ਪਾਉਂਦੇ ਹੋ ਇਹਦਾ, ਤੁਸੀਂ ਨਾਲ ਕੈਰੀ ਕਰ ਸਕਦੇ ਹਾਂ। ਹਾਂਜੀ, ਇਹ ਹੈਗਾ ਆ ਪਾਵਰ ਕੈਨਾਲ, ਇੱਥੇ ਆਹ ਹੈਗਾ BC ਹਾਈਡਰੋ, ਇੱਥੇ ਬਿਜਲੀ ਘਰ ਆ, ਨਾਲ ਹੀ ਸੈਟਲ ਲੇਕ ਦੇ ਉੱਤੇ ਲੱਕੜ ਦਾ ਪੁਲ। ਇਹ ਲੱਕੜ ਦਾ ਪੁਲ ਆ, ਕਿਹਦਾ ਸੋਹਣਾ ਸਸਪੈਂਸ਼ਨ ਬ੍ਰਿਜ। ਬਹੁਤ ਹੀ ਪੁਰਾਣਾ ਜਿਹੜਾ ਲੱਕੜ ਦਾ ਪੁੱਲ ਆ, ਇਹਦੇ ਥੱਲੇ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਫਰੇਜ਼ਰ ਰਿਵਰ। ਫਰੇਜ਼ਰ ਰਿਵਰ ਜਿਹੜੀ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਰਿਵਰ ਆ, ਉਹ ਹੈਗੀ ਆ ਫਰੇਜ਼ਰ ਰਿਵਰ। ਇਹ ਆਪਣੇ ਉੱਧਰ ਨੂੰ ਜਾਂਦੀ ਹੈ ਸਾਰੀ, ਅਮਰੀਕਾ ਤੋਂ ਸਟਾਰਟ ਹੁੰਦੀ ਹੈ, ਪੂਰੇ ਕੈਨੇਡਾ 'ਚ ਇਹ ਘੁੰਮਦੀ ਹੈ, ਸਾਡੇ ਲੈਂਗ ਵੀ ਹੈਗੀ ਹੈ। ਸੋ ਇਹ ਦੇਖੋ ਤੁਸੀਂ ਜਿਹੜੀ ਆ ਫਰੇਜ਼ਰ ਰਿਵਰ ਜਾ ਰਹੀ ਹੈ। ਆ ਗਿਆ ਓਲਡ ਬ੍ਰਿਜ, ਇਹ ਹੁਣ ਜਿੱਦਾਂ ਬੰਦ ਕਰਤਾ ਉਹਨਾਂ ਨੇ ਗੱਡੀਆਂ ਵਾਸਤੇ, ਤੁਸੀਂ ਥੋੜਾ ਬਹੁਤ ਜਿਹੜਾ ਚੱਲ ਕੇ ਪੈਦਲ ਹਾਂ ਹਾਂ ਵਾਕ ਕਰ ਸਕਦੇ ਹੋ। ਇੱਕ ਆ ਸਾਹਮਣੇ ਉਹ ਵਹੀਕਲ ਬੈਠੇ ਉੱਤੇ, ਇਹ ਪੱਕਾ ਹੈ ਇਹਨਾਂ ਦਾ, ਇੱਥੇ ਘੋਂਸਲਾ ਜਿਹਾ ਬਣਾ ਲੈਣਾ ਆਪਣਾ ਨੈਸਟ। ਹਾਂ, ਕਿੰਨਾ ਪੁਰਾਣਾ ਹੋਊਗਾ ਯਾਰ ਇਹ ਬ੍ਰਿਜ, ਬਹੁਤ ਪੁਰਾਣਾ ਹੈ, ਡਰ ਹੀ ਲੱਗਦਾ ਇਹਦੇ 'ਤੇ। ਆਵਾਜ਼ਾਂ ਮਾਰਦੇ ਇਹ ਫਰੇਜ਼ਰ ਰਿਵਰ ਪੁੱਲ ਵੀ ਇੰਨਾ ਪੁਰਾਣਾ ਨਾ, ਡਰ ਹੀ ਲੱਗਦਾ ਇੱਥੇ ਥੱਲੇ ਹੀ ਨਾ ਜਾ ਪਵੇ। ਅੰਗਦ ਸਿੰਘ ਹੁਣ ਆ ਗਿਆ ਸੀ, ਹੁਣ ਮੈਂ ਵਾਪਸ ਆ ਗਿਆ, ਫਿਰ ਡਰ ਲੱਗਦਾ ਕਿ ਚੱਲ ਆਪਾਂ ਤਾਂ ਚੱਲ ਇਕੱਲੇ ਚੱਲ ਜਾਈਏ, ਇਹ ਨਾ ਜਾਣ ਨਾਲ ਤੇ ਹਟਦਾ ਨਹੀਂ। ਚੜੋ ਚੜੋ ਚੜੋ, ਕਿੱਥੇ ਚੱਲੇ ਜੀ? ਛੋਟੀ ਜਿਹੀ ਟ੍ਰੈਕਿੰਗ ਕਰਨ ਲੱਗੇ, ਬਸ ਜ਼ਿਆਦਾ ਲੰਬੀ ਨਹੀਂ, ਧਿਆਨ ਨਾਲ ਜਾਇਓ, ਹੌਲੀ ਹੌਲੀ ਉਤਰ ਜਾਓ, ਉਤਰ ਜਾਓ। ਹਾਂਜੀ, ਟੇਢੇ ਹਾਂ ਹਾਂ ਠੀਕ ਹੈ, ਆ ਗਏ ਜੀ ਆ ਗਏ। ਪੁਰਾਣੇ ਲੋਕ ਸੀ ਨਾ ਜਦੋਂ ਇੱਥੇ ਫਸਟ ਨੇਸ਼ਨ ਵਾਲੇ, ਹਾਂਜੀ, ਨਹਿਰ ਦੇ ਪਹਿਲਾਂ ਆਪਣੇ ਸਾਰੇ ਪਾਸੇ ਜਿੱਥੇ ਵੀ ਇੰਡੀਆ 'ਚ ਵੀ ਹੈਗੇ ਕਿਤੇ ਵੀ, ਉਹ ਨਹਿਰ ਦੇ ਕੰਢੇ 'ਤੇ ਜ਼ਿਆਦਾ ਰਹਿੰਦੇ ਰਹੇ ਆ, ਨਹਿਰ ਦੇ ਕੰਢੇ 'ਤੇ ਵੀ ਈਜ਼ੀ ਹੁੰਦਾ ਕਿ ਨਾ ਪਾਣੀ ਲੈਣਾ, ਇਸ ਕਰਕੇ ਇਹਦੇ ਆਲ ਦੁਆਲੇ ਸਾਰਾ ਸ਼ਹਿਰ ਵਸਿਆ ਪਿਆ। ਅਸੀਂ ਹੁਣ ਜਾ ਰਹੇ ਹਾਂ ਫੋਰਟ ਬੈਰਨਸ ਵਾਈਨਰੀ,
ਇੱਥੇ ਵਾਈਨਰੀਆਂ ਦੀਆਂ ਦੁਕਾਨਾਂ ਨੇ ਦੁਕਾਨ ਨਹੀਂ ਸਮਝੋ ਕਿ ਇਹ ਗੋਦਾਮ ਹੀ ਹੈ ਇੱਥੇ ਹੈ ਕੀ ਕਿ ਵਾਈਨਰੀ ਉਹ ਜਿਹੜੇ ਰੈੱਡ ਵਾਈਨ ਕਹਿ ਦਿੰਦੇ ਆ ਰੈੱਡ ਵਾਈਨ ਜਿਹੜੀ ਹੁੰਦੀ ਆ ਹਾਂਜੀ ਹਾਂਜੀ ਇਹ ਆਪ ਹੀ ਇੱਥੇ ਤਿਆਰ ਕਰਦੇ ਆ ਤੇ ਆਪ ਹੀ ਫਸਲ ਮਤਲਬ ਇਹ ਕਿਤੋਂ ਹੋਰ ਨਹੀਂ ਲੈ ਕੇ ਆਉਂਦੇ ਜਿੱਦਾਂ ਹੁਣ ਬਲੂਬੇਰੀਜ਼ ਤੋਂ ਤਿਆਰ ਹੁੰਦੀ ਆ ਜਾਂ ਅੰਗੂਰ ਤੋਂ ਤਿਆਰ ਹੁੰਦੀ ਆ ਤੇ ਉਹ ਆਪ ਹੀ ਇੱਥੇ ਪੈਦਾ ਕਰਦੇ ਇੱਥੇ ਮੈਂ ਤੁਹਾਨੂੰ ਦੱਸ ਫਾਰਮ ਦੱਸਾਂਗੇ ਪਰ ਹੁਣ ਤਾਂ ਦੇਣੇ ਹੁਣ ਲਾਉਣਗੇ ਗਾੜੀ ਪਰ ਅੱਗੇ ਤੁਹਾਨੂੰ ਫਾਰਮ 'ਚ ਦੱਸਾਂਗੇ ਕਿੱਥੋਂ ਕਿੱਦਾਂ ਤਿਆਰ ਕਰਦੇ ਆ ਹਾਂ ਤੇ ਉਹ ਤੋੜ ਕੇ ਆਪਣਾ ਫਰੂਟ ਤੋੜ ਕੇ ਫਿਰ ਉਹਦੇ ਤੋਂ ਹੀ ਬਣਾਉਂਦੇ ਆ ਬਣਾ ਕੇ ਫਿਰ ਆਪਣੇ ਵੇਚਦੇ ਆ ਪੂਰੇ ਕੈਨੇਡਾ 'ਚ ਹੁਣ ਆ ਗਏ ਫੋਰਟ ਵਾਈਨਰੀ ਦੇ ਆ ਗਏ ਆ ਕੋਨਾ ਮੈਂ ਤੁਹਾਨੂੰ ਇਹਦਾ ਇਹ ਸ਼ੋਰੂਮ ਆ ਇਹ ਸਾਡਾ ਸ਼ੋਪ ਆ ਇਹ ਸ਼ੋਪ ਕਹਿ ਲਓ ਸ਼ੋਰੂਮ ਕਹਿ ਲਓ ਇੱਥੇ ਤੁਸੀਂ ਬਾਏ ਕਰ ਸਕਦੇ ਆ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਵਿਖਾਉਣਾ ਨਾ ਉਹ ਆ ਸਕਦਾ ਹੋ ਜਿਹਾ ਲੱਗਦਾ ਉਹਨਾਂ ਨੇ ਸੋਚਣਾ ਕਿ ਪੀਣ ਆਏ ਆ ਤੇ ਹੁਣ ਅਸੀਂ ਜਾ ਕੇ ਫਿਰ ਕਦ ਦੱਸਾਂਗੇ ਕਿ ਕਹਿੰਦੇ ਸਾਡੇ ਜਿਹੜੇ ਹੈਗੇ ਨਾ ਕਈ ਉਹ ਪੀਣ ਵਾਲੇ ਵੀ ਹੈਗੇ ਨੇ ਆ ਜਿਹੜੇ ਸਾਰਾ ਥੱਲੇ ਫਾਰਮ ਵੇਖ ਰਹੇ ਨੇ ਤੁਸੀਂ ਇਹ ਸਾਰੇ ਇਹ ਆਪ ਤਿਆਰ ਕਰਦੇ ਆ ਇੱਥੇ ਲਾਉਣਗੇ ਗਰੇਪਸ ਲਾਉਣਗੇ ਜਾਂ ਬੇਰੀਜ਼ ਵਟਐਵਰ ਜਿਹਦੀ ਜਿਹਦੀ ਵੀ ਤਿਆਰ ਹੁੰਦੀ ਹੋਊਗੀ ਉਹ ਚੀਜ਼ ਲਾਉਂਦੇ ਹੋਣਗੇ ਸਾਰਾ ਫਾਰਮ ਇੱਧਰ ਵੀ ਹੈਗਾ ਆਪ ਹੀ ਤਿਆਰ ਕਰ ਅੰਦਰ ਜਾ ਕੇ ਵੇਚਦੇ ਹਾਂ ਆ ਲੱਗੇ ਬੋਇਲਰ ਵੱਡੇ ਵੱਡੇ ਆ ਡਰਾਮੇ ਇਹਨਾਂ 'ਚ ਪਾ ਕੇ ਰੱਖੀ ਉਹਨਾਂ ਨੇ ਉਹ ਢੱਕਣਾ ਦੁੱਧ ਦੇ ਬਾਹਰ ਡੁੱਲੀ ਆ ਕਲਰ ਜਿਹਾ ਹੈਗਾ ਇਹ ਗਰੇਪਸ ਦਾ ਕਲਰ ਹੁੰਦਾ ਇੱਦਾਂ ਦਾ ਪਰ ਅੱਗੇ ਪਾ ਕੇ ਰੱਖਣਾ ਬਾਕੀ ਹੁਣ ਮੈਨੂੰ ਏਜ ਦਾ ਪਤਾ ਨਹੀਂ ਕਿੰਨੀ ਦੇਰ ਪਾ ਕੇ ਜਿਹੜੀ ਸ਼ਰਾਬ ਹੁੰਦੀ ਹੈ ਉਹ ਬਾਰ ਬਾਰ ਆ ਹੁਣ ਆ ਗਏ ਇਹਨਾਂ ਦੇ ਫਾਰਮ 'ਚ ਇਹ ਸਾਹਮਣੇ ਲੱਗਿਆ ਇਹ ਅੰਗੂਰ ਦੀਆਂ ਵੇਲਾਂ ਹੀ ਨੇ ਹੁਣ ਤਾਂ ਇਹ ਕੱਟੀਆਂ ਪਈਆਂ ਨੇ ਇਹਨਾਂ ਨੇ ਤੇ ਹੁਣ ਜਦੋਂ ਇਹ ਤੁਰ ਪੈਣਗੀਆਂ ਜਦੋਂ ਇਹਨਾਂ ਨੂੰ ਫਲ ਲੱਗੂਗਾ ਉਹ ਫਿਰ ਤੋੜ ਕੇ ਤੇ ਫਿਰ ਉਹਦੀਆਂ ਵਾਈਨ ਕਰ ਲੈਣਗੇ ਰੈਡੀ ਲਿਲੋਇਡ 'ਚ ਵੀ ਇੱਕ ਬੜਾ ਸ਼ਾਨਦਾਰ ਸਟੋਰ ਹੈ ਜਿੱਦਾਂ ਸਾਡੇ ਕੋਲ ਉੱਥੇ ਵਾਲਮਾਰਟ ਜਾਂ ਸੁਪਰ ਸਟੋਰ ਹੁੰਦੇ ਆ ਸੇਮ ਉੱਦਾਂ ਦਾ ਹੀ ਹੈ ਤੁਸੀਂ ਆਪਣੀ ਜ਼ਰੂਰਤ ਦੀ ਹਰ ਚੀਜ਼ ਇੱਥੋਂ ਬਾਏ ਕਰ ਸਕਦੇ ਹੋ ਇਹਦਾ ਨਾਂ ਹੈਗਾ ਆ ਬਾਇਲੋ ਫੂਡਸ ਸੋ ਕੁਛ ਖਾਣ ਪੀਣ ਲਈ ਲੈ ਕੇ ਜਾਂਦੇ ਹਾਂ ਇੱਥੋਂ ਹੁਣ ਫਿਰ ਆਰਾਮ ਨਾਲ ਰੂਮ 'ਚ ਬੈਠ ਕੇ ਆਪਾਂ ਖਾਵਾਂਗੇ ਇਹ ਹੈਗਾ ਆ ਸਾਡੇ ਹੋਟਲ ਦਾ ਰੂਮ ਅਸੀਂ ਪ੍ਰੈਫਰ ਕੀਤੇ ਸੀਗੇ 2 ਬੈੱਡ ਬਿਕੋਜ਼ ਬੱਚਿਆਂ ਦੇ ਨਾਲ ਐਂਡ ਕਿਚਨ ਬਿਕੋਜ਼ ਮੈਨੂੰ ਕਿਚਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਦੁੱਧ ਵਗੈਰਾ ਗਰਮ ਕਰਨਾ ਹੁੰਦਾ ਨਹੀਂ ਆ ਕੁਛ ਤੁਸੀਂ ਵੀ ਖਾਣਾ ਆ ਸੋ ਇਹ ਬਹੁਤ ਸੋਹਣਾ ਆ ਰੂਮ ਉਹਨਾਂ ਨੇ ਇੱਥੇ ਬਾਲਕਨੀ ਵੀ ਹੈ ਆਹ ਬਾਲਕਨੀ ਵੀ ਨਾਲ ਹੈਗੀ ਹੈ ਓਪਨ ਕਰ ਲਈ ਸੋ ਸਾਡੀ ਬਾਲਕਨੀ ਤੋਂ ਬਹੁਤ ਸੋਹਣਾ ਜਿਹੜਾ ਵਿਊ ਹੈ ਭੁੱਖ ਲੱਗੀ ਸੀ ਸੋ ਹੋਟਲ 'ਚ ਅਸੀਂ ਬਣਾ ਲਈ ਹੈ ਮੈਗੀ ਨਾਲ ਬਣ ਗਈ ਹੈ ਸਾਡੀ ਚਾਹ ਹੁਣ ਅਸੀਂ ਇੰਜੋਏ ਕਰਾਂਗੇ ਅਸੀਂ ਹੁਣ ਜਾ ਰਹੇ ਹਾਂ ਕੇਯੂਸ਼ ਕ੍ਰੀਕ ਗੋਲਡ ਟ੍ਰੇਨਿੰਗ ਇੱਥੇ ਕਹਿੰਦੇ ਜਿਹੜੇ ਇੰਡੀਜਨਸ ਪੀਪਲ ਹੁੰਦੇ ਸੀਗੇ ਜਾਂ ਜਿਹੜੇ ਨੇਟਿਵ ਪਹਿਲਾਂ ਦੇ ਇੱਥੋਂ ਦੇ ਅਸੀਂ ਜਿਹੜੇ ਵਸਨੀਕ ਸੀਗੇ ਉਹ ਜਾਂ ਤਾਂ ਉਹ ਸੈਲਮਨ ਦੀ ਉਹ ਕਰਦੇ ਹੁੰਦੇ ਫਿਸ਼ਿੰਗ ਕਰਦੇ ਹੁੰਦੇ ਸੀ ਟ੍ਰੇਡਿੰਗ ਕਰਦੇ ਸੀ ਅਤੇ ਰੇਤ ਵਿੱਚੋਂ ਛਾਣ ਕੇ ਗੋਲਡ ਉਹਨਾਂ ਨੂੰ ਲੱਭਦਾ ਹੁੰਦਾ ਸੀਗਾ ਹਾਂ ਨਹਿਰਾਂ ਵਿੱਚੋਂ ਜਿਹੜਾ ਰੇਤਾ ਆ ਬਜਰੀ ਆ ਉਹ ਛਾਣ ਕੇ ਨਾ ਅਤੇ ਉਹਦੇ ਨਾਲ ਜਿੱਦਾਂ ਛਾਣਨੀ ਜਿਹੀ ਹੁੰਦੀ ਤਾਂ ਉਹ ਛਾਣ ਛਾਣ ਕੇ ਅਤੇ ਵਿੱਚੋਂ ਬਰੀਕ ਬਰੀਕ ਜਿਹੇ ਕੰਨ ਕੰਨ ਨਿਕਲਦੇ ਸੀ ਅਤੇ ਫਿਰ ਉਹਨਾਂ ਨੂੰ ਇਕੱਠਾ ਕਰਕੇ ਅਤੇ ਫਿਰ ਉਹ ਸੋਨਾ ਬਣਾਉਂਦੇ ਸੀ ਅਤੇ ਉਹਨੂੰ ਵੇਚਦੇ ਸੀ ਅਸੀਂ ਡਿਸਕਵਰੀ 'ਚ ਵੀ ਸਰਚ ਕਰ ਰਹੇ ਸੀਗੇ ਅਤੇ ਐਕਚੁਅਲ ਵਿੱਚ ਇੱਥੇ ਲੋਕ ਆਉਂਦੇ ਆ ਬਟ ਉਹ ਲੱਕੀਲੀ ਕਿਸੇ ਨੂੰ ਮਿਲਦਾ ਕਈਆਂ ਨੂੰ ਨਹੀਂ ਮਿਲਦਾ ਸੋ ਅਸੀਂ ਉੱਧਰ ਹੀ ਉਸੀ ਰਿਵਰ ਵੱਲ ਜਾ ਰਹੇ ਹਾਂ ਨਾਲ ਤੁਹਾਨੂੰ ਇਹ ਸ਼ੋਅ ਕਰਦੇ ਹਾਂ ਪਹਿਲਾਂ ਤਾਂ ਲੱਭੀ ਹੈ ਗੋਲਡ ਸੋਨਾ ਲੱਭੀ ਹੈ ਕੁਆਂਟਲ ਫਿਰ ਹੀ ਅੱਜ ਜਾਣਾ ਇੱਥੋਂ ਕੁਆਂਟਲ ਸੋਨਾ ਇਕੱਠਾ ਕਰਕੇ ਇੱਦਾਂ ਹੀ ਲੱਗਦਾ ਤਾਂ ਨੇੜੇ ਸੀਗਾ ਬਟ ਤੁਰ ਕੇ ਕਾਫੀ ਪੈ ਜਾਂਦਾ ਅੱਗੇ ਜਾ ਕੇ ਅਸੀਂ ਲੱਭਦੇ ਹਾਂ ਹੁਣ ਸੋਨਾ ਮੈਂ ਕਿਹਾ ਪਰ ਨਹੀਂ ਕਾਫੀ ਹਾਂਜੀ ਸੋਨਾ ਮਿਲਣਾ ਸੌਖਾ ਥੋੜ੍ਹੀ ਆ
ਉਹ ਤਾਂ ਕਰਦੇ ਕਿ ਉਹਨਾਂ ਕੋਲ ਸਮਾਂ ਵਿਲੇ ਹੀ ਕਰਨਾ ਕੀ ਹੋਣਾ ਚਾਹੀਦਾ ਕਿ ਜਦੋਂ ਨਵਾਂ ਨਵਾਂ ਉੱਥੇ ਕੰਮ ਫਿਸ਼ਿੰਗ ਦਾ ਜ਼ਿਆਦਾ ਸੀ ਤਾਂ ਹੋਰ ਤਾਂ ਇਹੋ ਜਿਹਾ ਕੋਈ ਕੰਮ ਹੈ ਨਹੀਂ ਸੀ ਜ਼ਿਆਦਾ ਸਪੋਰਟ ਦਾ ਜਾਂ ਉਹਦਾ ਕੋਈ ਵੀ ਵਪਾਰ ਦਾ ਕੋਈ ਮੱਛੀ ਦਾ ਹੀ ਹੈ ਨਾ ਵਪਾਰ ਤੇ ਫਿਰ ਇਹਦਾ ਹੀ ਸੋਨੇ ਦਾ ਫਿਰ ਬੈਠੇ ਰਹਿਣਾ ਸਾਰਾ ਸਾਰਾ ਦਿਨ ਜਿੰਨਾ ਕੁ ਵੀ ਨਿਕਲ ਗਿਆ ਸਹੀ ਗੱਲ ਮਹੀਨੇ ਦਾ ਇਕੱਠਾ ਕਰਕੇ ਉਹਨੂੰ ਵੇਚ ਲੈਣਾ ਤੇ ਆਪਣਾ ਹੋਰ ਕੋਈ ਚੀਜ਼ ਲੈ ਆਉਣੀ ਸਹੀ ਗੱਲ ਹੈ ਪਰ ਇੰਨਾ ਥੋੜੀ ਹੈ ਕਿ ਮਤਲਬ ਟੰਨਾਂ ਦੇ ਸਾਹਮਣੇ ਇੱਥੋਂ ਨਿਕਲਿਆ ਉਹਦਾ ਨਹੀਂ ਉਹਦਾ ਨਹੀਂ ਆਪਣੇ ਗੁਜ਼ਾਰੇ ਜੋਗਾ ਗੁਜ਼ਾਰੇ ਜੋਗਾ ਚਲੋ ਦਾਦੀ ਪੁੱਤ ਬੋਟ ਆ ਗਈ ਇੱਕ ਲੰਬੀ ਵਾਕ ਤੋਂ ਬਾਅਦ ਅਸੀਂ ਫਾਈਨਲੀ ਪਹੁੰਚ ਹੀ ਗਏ ਹਾਂ ਇਹ ਹੈਗਾ ਆ ਫਰੇਜ਼ਰ ਰਿਵਰ ਜਿੱਥੇ ਹੁਣ ਅਸੀਂ ਲੱਭਣ ਕੀ ਆਏ ਹਾਂ ਸੋਨਾ ਲੱਭਣ ਨਹੀਂ ਮਤਲਬ ਫਾਇਦਾ ਹੋ ਗਿਆ ਹੁਣ ਤਾਂ ਹਾਂ ਸ਼ਾਂਤੀ ਜੀ ਹੈ ਨਾ ਉਹ ਵੇਖੋ ਉੱਥੇ ਜਿੱਦਾਂ ਇੱਦਾਂ ਲੱਗਦਾ ਜਿੱਦਾਂ ਮਿਕਸ ਜਿਹਾ ਹੋ ਰਿਹਾ ਹੁੰਦਾ ਪਾਣੀ ਉਹ ਪਾਣੀ ਨਾ ਮੈਂ ਤੁਹਾਨੂੰ ਦੱਸਣਾ ਹੁਣ ਇੱਥੋਂ ਇੱਕ ਆ ਇਧਰੋਂ ਆਉਂਦੀ ਨਦੀ ਹਾਂ ਹਾਂ ਰਿਵਰ ਆ ਨਾ ਹਾਂਜੀ ਉਹਦਾ ਬਲੂ ਵਾਟਰ ਹੈ ਬਲੂ ਵਾਟਰ ਹਾਂ ਫਰੇਜ਼ਰ ਦਾ ਜਿਹੜਾ ਪਿੱਛੋਂ ਆਉਂਦਾ ਵਾ ਉਹ ਥੋੜਾ ਗੰਦਾ ਹੈ ਮਿੱਟੀ ਜੇ ਵਾਲਾ ਪਹਾੜਾਂ ਤੋਂ ਆ ਜਿੱਦਾਂ ਉਹ ਹੁਣ ਜਿਹੜਾ ਉਹ ਆ ਉਹ ਪਰਾਂ ਪਰਾਂ ਰਹਿ ਗਿਆ ਜਿਹੜਾ ਇਧਰੋਂ ਬਲੂ ਵਾਟਰ ਉਹ ਇਧਰੋਂ ਆ ਗਿਆ ਹਾਂ ਉਹ ਮਿਕਸ ਜਿਹਾ ਹੋ ਜਾਂਦਾ ਅੱਗੇ ਜਾ ਕੇ ਨਾ ਉਹ ਦੱਸਣਾ ਬਲੂ ਵਾਟਰ ਵੀ ਦੱਸਦਾ ਬਹੁਤ ਸੋਹਣਾ ਬਟ ਵਿਊ ਆ ਲੀਲੋ ਇਟਸ ਹੈ ਹੀ ਵਿਊਜ਼ ਆ ਸੋ ਬੇਸਿਕਲੀ ਆਪਾਂ ਵਿਊ ਦੇਖਣ ਆਏ ਆ ਇੰਜੋਏ ਕਰਨ ਆਏ ਆ ਜਿਹੜਾ ਇੱਥੇ ਟਾਊਨ ਹੈ ਸ਼ਹਿਰ ਦਾ ਨਾ ਮਤਲਬ ਬਹੁਤ ਛੋਟਾ ਜਿਹਾ ਜਿੱਦਾਂ ਆਪਣੇ ਲਾ ਲਓ ਲੈਗਲੀ ਦਾ ਡਾਊਨ ਟਾਊਨ ਹਾਂ ਹਾਂ ਇੰਨਾ ਕੀ ਹੈ ਸ਼ਹਿਰ ਇਹ ਯਾ ਯਾ ਇੰਨਾ ਕੀ ਹੈ ਬਿਲਕੁਲ ਤੁਰ ਕੇ ਵੀ ਤੁਸੀਂ ਗਾ ਸਕਦੇ ਹੋ ਹਾਂਜੀ ਹਾਂਜੀ ਬਹੁਤ ਸੋਹਣਾ ਬਹੁਤ ਸੋਹਣਾ ਹੈ ਸਹੀ ਗੱਲ ਹੈ ਦੂਜੀ ਗੱਲ ਟ੍ਰੈਫਿਕ ਤਾਂ ਹੈ ਹੀ ਨਹੀਂ ਟ੍ਰੈਫਿਕ ਹੈ ਹੀ ਨਹੀਂ ਮੇਨ ਗੱਲ ਇਹੀ ਹੈ ਉਹ ਇੰਨਾ ਸਕੂਨ ਮਿਲਿਆ ਨਾ ਚਲਾਉਣ ਦਾ ਮਜ਼ਾ ਰਿਲੈਕਸ ਸਹੀ ਗੱਲ ਹੈ ਆ ਕਿਹੜੀਆਂ ਖੇਡਾਂ ਚ ਲੱਗ ਗਏ ਨਹੀਂ ਉਹ ਐਂ ਸੋਨਾ ਲੱਭਣ ਨੇ ਆ ਅੱਛਾ ਮੈਂ ਕਿਹ ਕਿਤੇ ਲੱਭ ਹੀ ਜਾਏ ਠੀਕ ਹੈ ਠੀਕ ਹੈ ਬਟ ਪਾਣੀ ਇੰਨਾ ਠੰਡਾ ਆ ਅੰਗਦ ਸਿੰਘ ਨੂੰ ਤਾਂ ਲੱਭ ਗਈ ਖੇਡ ਹੌਲੀ ਹੌਲੀ ਪੁੱਤ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਈਏ ਕਦਰਾ ਇੱਧਰੋਂ ਆਉਂਦਾ ਅਤੇ ਇੱਕ ਉਹ ਫਰੇਜ਼ਰ ਉੱਧਰੋਂ ਆਉਂਦਾ ਇਹ ਆਪਸ 'ਚ ਇੱਥੇ ਆ ਕੇ ਮਿਲ ਜਾਂਦੇ ਆ ਨਾਲ ਹੀ ਫਿਰ ਇੱਧਰ ਨੂੰ ਜਾ ਕੇ ਸਿੱਧਾ ਹੀ ਇੱਧਰ ਨੂੰ ਨਿਕਲ ਜਾਂਦਾ ਪਰ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਬਰਫ਼ ਨਾਲੋਂ ਵੀ ਠੰਡਾ 10 ਸੈਕਿੰਡ ਪੈਰ ਅੰਦਰ ਰੱਖਣਾ ਬਹੁਤ ਔਖਾ ਹੋ ਜਾਂਦਾ ਇੱਥੇ ਨਜ਼ਾਰਾ ਦੇਖੋ ਸ਼ਾਮ ਦਾ ਅੱਧੇ ਪਹਾੜਾਂ 'ਤੇ ਧੁੱਪ ਆ ਸਨਸੈਟ ਹੁੰਦਾ ਪਿਆ ਆ ਅਤੇ ਅੱਧੇ 'ਤੇ ਛਾਂ ਆ ਪਰ ਸੋਹਣਾ ਦੇਖੋ ਕਿੰਨਾ ਲੱਗ ਜਾਂਦਾ ਇੱਥੇ ਲਿਖਿਆ ਹੈਗਾ ਆ ਵੈਲਕਮ ਟੂ ਲਿਲਾਇਟ ਛੋਟੀ ਜਿਹੀ ਜਗ੍ਹਾ 'ਤੇ ਹੀ ਕਿੰਨਾ ਸੋਹਣਾ ਦੱਸਦਾ ਆ ਕਿ ਇੱਥੇ ਫਿਸ਼ਿੰਗ ਕਰਦੇ ਸੀਗੇ ਲੋਕ ਸੈਲਮਨ ਦੀ ਟ੍ਰੇਡਿੰਗ ਕਰਦੇ ਸੀਗੇ ਸੋ ਇੰਨੀ ਕੁ ਜਗ੍ਹਾ 'ਤੇ ਸੋਹਣਾ ਜਿਹਾ ਦਿਖਾਤਾ ਆ ਇਹ ਹੁਣ ਆਪਾਂ ਆ ਗਏ ਹਾਂ ਲਿਲਾਇਟ 'ਤੇ ਰੇਲਵੇ ਯਾਰਡ 'ਚ ਇੱਥੇ ਹੈਗਾ ਰੇਲਵੇ ਸਟੇਸ਼ਨ ਪਤਾ ਨਹੀਂ ਆਪਾਂ ਤਾਂ ਕੋਈ ਟ੍ਰੇਨ ਦੇਖੀ ਨਹੀਂ ਹੈਗੀ ਕਿ ਇੱਥੋਂ ਲੰਘਦੀ ਹੈ ਕਿ ਨਹੀਂ ਸੋ ਬਟ ਟਾਈਮਿੰਗਸ ਹੋ ਸਕਦੇ ਬਟ ਟਰੈਕਸ ਹੈਗੇ ਆ ਪੁਰਾਣੇ ਨਹੀਂ ਹੈ ਇਹ ਕਿ ਓਲਡ ਨਹੀਂ ਹੈਗਾ ਇਹ ਟਰੈਕਸ ਹਾਂ ਚੱਲਦੇ ਆ ਇਹ ਹੈਗਾ ਆ ਲਿਲਾਇਟ ਰੇਲਵੇ ਯਾਰਡ ਕੁਛ ਖੂਬਸੂਰਤ ਝਾਕਾ ਇਹਦਾ ਉਹ ਮੈਨੂੰ ਲੱਗਦਾ ਕੋਈ ਹੋਏਗਾ ਆਫਿਸ ਜਾਂ ਰੇਲਵੇ ਆਫਿਸ ਹੋਣਾ ਆ ਉੱਧਰ ਜਾ ਕੇ ਪਤਾ ਕਰਾਂਗੇ ਹੁਣ ਉਹ ਕੀ ਹੈ ਛੋਟਾ ਜਿਹਾ ਲਿਲਾਇਟ ਸ਼ਹਿਰ ਆ ਆਲੇ ਦੁਆਲੇ ਖੂਬਸੂਰਤ ਪਹਾੜਾਂ ਦੇ ਨਾਲ ਘਿਰਿਆ ਹੋਇਆ ਆ ਅਤੇ ਬਹੁਤ ਹੀ ਨਜ਼ਾਰਾ ਆ ਇੱਥੇ ਜੇਰੇ ਤਾਂ ਹੈਗੇ ਆ
नेचर के प्रेमी वह तो जरूर इतने आए हो। मैं लगता नहीं ज़्यादा इतने किसी ने ट्रैवल किया आ। सो आप सर्च करते पे सी। सो बेसिकली ब्रिटिश कोलंबिया के जिन्नी भी सिटीज़ है आप हौली हौली एक्सप्लोर करना आ। सो असी पहुँचे हुए हैं लिलोइट, छोटा जहा शहर है, बहुत ही सुंदर, आले दुआले पहाड़ों के नाल घिरया होया। स्टेशन वेखला इंडिया दी फीलिंग हुंदा। हाँ ये हैगा है जी शाम का व्यू लिलोइट का। आ हैगा आ लिलोइट का डाउन टाउन। इस टाइम बहुत ही सुनसान हो गई है, सारा कुछ क्लोज हो गया है। टाइम कदे असी आए तो यही सोचा कि हुण कुछ ऑर्डर करते हैं, बट जो ऑर्डर कर लगे सारा कुछ ही क्लोज कर हो गया इतने 8 बजे। सो 8 बजे नाल जिन्हें भी रेस्टोरेंट आ वो इतने बंद हो जाते हैं। हुण तुसीं देख सकते हो कि 9 बज गए हुण, बट रस्ता इन्ना सुनसान आ, कुछ नज़र नहीं आ रहा। सिर्फ एक माइलो पीज़ा ओपन सीगा ते असी वह भी 9 बजे बंद सीगा, बट उन्होंने कहा कि असी रिक्वेस्ट की कि सानू दे दो, फिर वो कहते कि चलो ठीक है असी तुहानू दे दिंदे आ पीज़ा। उतों लिया तो फिर असी हुण कुछ खादा। सो जिदा कि तुहानू मैं दस्या सीगा कि 8 बजे तक सारे ही रेस्टोरेंट इत्थे आ बंद हो जाते हैं। असी लेट आए, सानू पता नहीं सीगा, बट ये कि चलो सानू एक पीज़ा मिल गया सीगा, उहदे विच फिर असी खा के हुण असी रज लिया आ। पीज़ा इन्ना टेस्टी नहीं सी, बट भुख लगी सीगी, सो असी खा गए। हुण असी अज दी वीडियो नू इत्थे एंड करन लगे आ। सवेरे उठांगे, इत्थे जिन्नियां भी फेमस जगह हैगियां वह दिखावांगे तुहानू। ते अज वास्ते बाय, गुड नाइट।